ਜੀ ਸਰ ਜੀ, ਅੱਜ ਜੋ ਅਸੀਂ ਫਲੈਗ ਮਾਰਚ ਕਰ ਰਹੇ ਹਾਂ, ਸਾਡੇ ਮਾਣਯੋਗ ਡੀ ਜੀ ਪੀ ਸਾਹਿਬ ਦੀਆਂ ਹਦਾਇਤਾਂ ਅਤੇ ਸ਼੍ਰੀ ਭਾਗੀਦਾਰ ਮੀਨਾ ਜੀ ਸਰ, ਆਈ ਪੀ ਐੱਸ 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 ਪੀ ਸਾਹਿਬ ਮਾਨਸਾ ਦੇ ਦਿਸ਼ਾ ਨਿਰਦੇਸ਼ 'ਤੇ ਇਹ ਲੋਕਾਂ ਦੀ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਅਤੇ ਮਾੜੇ ਅੰਸਰਾਂ ਨੂੰ ਆਪਣਾ ਮੂੰਹ ਤੋਂ ਜਵਾਬ ਦੇਣ ਵਾਸਤੇ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ। ਇਸ ਫਲੈਗ ਮਾਰਚ ਦਾ ਮਨਸਾ ਇਹ ਹੈ ਕਿ 15 ਅਗਸਤ ਦਾ, ਅੱਗੇ ਤੁਹਾਨੂੰ ਪਤਾ ਇੱਕ ਰਾਸ਼ਟਰੀ ਪਰਵ ਹੈ, ਉਹ ਆ ਰਿਹਾ, ਉਹ 'ਚ ਸੁਰੱਖਿਆ ਨੂੰ ਮੱਦੇਨਜ਼ਰ ਦੇਖ ਰੱਖਦੇ ਹੋਏ ਇਹ ਫਲੈਗ ਮਾਰਚ ਸਾਡੇ ਵੱਲੋਂ ਬੁਲਾਡਾ ਸਬ ਡਿਵੀਜ਼ਨ 'ਚ ਇਹ ਕੱਢਿਆ ਜਾ ਰਿਹਾ। ਇਹਦੇ ਵਿੱਚ ਅਸੀਂ ਲੋਕਾਂ ਨੂੰ ਤੁਹਾਡੇ ਮਾਧਿਅਮ ਨਾਲ ਅਪੀਲ ਕਰਦੇ ਹਾਂ ਕਿ ਜੇ ਕਿਸੇ ਨੂੰ ਕੋਈ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਜਾਂ ਭੀੜ ਭਾੜ ਵਾਲੇ ਇਲਾਕੇ 'ਚ ਕਿਤੇ ਵੀ ਕੋਈ ਲਿਬਾਰਸ ਵਸਤੂ ਮਿਲਦੀ ਹੈ, ਉਹਦੇ ਬਾਰੇ ਤੁਰੰਤ ਪੁਲਿਸ ਨੂੰ ਇਤਲਾਹ ਦੇਵੇ।